ਪੰਜਾਬੀ ਰੀਡਰ 78 2019 ਐਡੀਸ਼ਨ ਲੈਸਨ 12 ਵਿੱਚ ਤੁਹਾਨੂੰ ਜੀ ਆਇਆਂ ਨੂੰ ਅਸੀਂ ਪਿਛਲੇ ਪਾਠ ਦੇ ਵਿੱਚ ਬਾਬਾ ਫਰੀਦ ਜੀ ਬਾਰੇ ਪੜਿਆ ਉਹਨਾਂ ਦੀ ਜੀਵਨੀ ਬਾਰੇ ਤੇ ਅੱਜ ਅਸੀਂ ਪੜਾਂਗੇ ਬਾਬਾ ਫਰੀਦ ਜੀ ਦੀ deen ਉਹਨਾਂ ਨੇ ਕੀ ਸਾਡੇ ਵਾਸਤੇ ਵੱਡੀ ਗੱਲ ਕੀਤੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ ਅਸੀਂ ਉਹਨਾਂ ਦੀ ਕਿਉਂ ਇੱਜ਼ਤ ਕਰਦੇ ਹਾਂ ਇਹ ਐਸੇ ਡਾਕਟਰ ਤ੍ਰਿਪਤ ਕੋਰ ਨੇ ਲਿਖਿਆ ਫਰੀਦ ਜੀ ਦੀਆਂ ਦੇਣਾ ਫਰੀਦ ਜੀ ਦੀ ਪੰਜਾਬੀ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ ਉਹਨਾਂ ਦੀ ਬਾਣੀ ਸਭ ਤੋਂ ਪੁਰਾਣੀ ਬਾਣੀ ਹੈ ਜੋ ਕਿ ਪੰਜਾਬੀ ਬੋਲੀ ਬੋਲਦੀ ਹੈ ਉਹ ਪੰਜਾਬ ਵਿੱਚ ਜੰਮੇ ਪਲੇ ਸਨ ਪੰਜਾਬੀ ਉਹਨਾਂ ਦੀ ਮਾਂ ਬੋਲੀ ਸੀ ਉਹਨਾਂ ਨੇ ਲੋਕਾਂ ਨੂੰ ਲੋਕਾਂ ਦੀ ਬੋਲੀ ਵਿੱਚ ਹੀ ਬੜੇ ਸਾਦੇ ਤੇ ਸੌਖੇ ਢੰਗ ਨਾਲ ਜੀਵਨ ਜਾਚ ਅਤੇ ਰੱਬ ਦੇ ਪਿਆਰ ਦੱਸਣਿਆ ਦਿੱਤਾ ਸੋ ਇਮੇਜਿਨ ਇਫ ਹੀ ਹੈਸਨਟ ਹੈਡਨ ਰਿਟਨ ਇਨ ਪੰਜਾਬੀ ਪ੍ਰੋਬਬਲੀ ਨੋਬਾਡੀ ਵਿਲ ਨੋ ਪੰਜਾਬੀ ਅੰਟਿਲ ਅ ਵੈਰੀ ਲੌਂਗ ਅੰਟਿਲ ਵੈਰੀ ਲੇਟ ਅੰਟਿਲ ਗੁਰੂ ਜੀ ਕੇਮ ਅਲੌਂਗ ਰਾਈਟ ਸੋ ਪੰਜਾਬੀ ਬਿਕਮ ਅ ਫੇਮਸ ਲੈਂਗੁਏਜ ਬਿਕਾਜ਼ ਫਰੀਦ ਜੀ ਹੈਡ ਰਿਟਨ ਹਿਸ ਬਾਣੀ ਹਿਸ ਕਵਿਤਾ ਹਿਸ ਪੋਇਟਰੀ ਇਨ ਪੰਜਾਬੀ ਫਰੀਦ ਜੀ ਦੇ ਬਾ 112 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਬਾਬਾ ਫਰੀਦ ਜੀ ਦੀ ਬਾਣੀ ਸਿੱਖ ਗੁਰੂ ਸਹਿਬਾਨ ਦੀ ਬਾਣੀ ਨਾਲ ਮੇਲ ਖਾਂਦੀ ਹੈ ਇਸ ਲਈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ so he was a muslim but his bani is in guru granth sahib ਇਹ ਬਾਣੀ ਅਤੇ ਸਿੱਖਾਂ ਨੂੰ ਰੱਬ ਦਾ ਰੱਬ ਦੇ ਪਿਆਰ ਦਾ ਰਾਹ ਦੱਸਦੀ ਹੈ ਇਹ ਬਾਣੀ ਸਿੱਖਾਂ ਨੂੰ ਰੱਬ ਦੇ ਪਿਆਰ ਦਾ ਰਾਹ ਦੱਸਦੀ ਹੈ this is superfluous here. ਫਰੀਦ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਚੰਗੀਆਂ ਗੱਲਾਂ ਦਸੀਆਂ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਬਾਬਾ ਫਰੀਦ ਜੀ ਨੂੰ ਵੀ ਟੇਕਦੇ ਹਾਂ ਉਹਨਾਂ ਦੀ ਬਾਣੀ ਵਿੱਚ ਵੈਰਾਗ ਹੈ ਰੱਬ ਨੂੰ ਮਿਲਣ ਦੀ ਇੱਛਾ ਹੈ ਉਹ ਇਸ ਦੁਨੀਆ ਨੂੰ ਝੂਠਾ ਦੱਸਦੇ ਹਨ ਉਹ ਇਹ ਵੀ ਦੱਸਦੇ ਹਨ ਕਿ ਸਾਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ ਆਪਣੀ ਬਾਣੀ ਵਿੱਚ ਉਹਨਾਂ ਨੇ ਚੰਗਾ ਜੀਵਨ ਜੀਣ ਦੀ ਚਾਹਤ ਸਿਖਾਈ ਉਨਾਂ ਦੇ ਸਾਦੇ ਸ਼ਬਦਾਂ ਵਿੱਚ ਆਖੇ ਵਿਚਾਰ ਲੋਕਾਂ ਦੀ ਸਮਝ ਵਿੱਚ ਆ ਜਾਂਦੇ ਇਮੇਜਿਨ ਦੇ ਦਿਸ ਪर्शियन অর ਦਿਸ ਅਰਬਿਕ অর ਦਿਸ ਸੰਸਕ੍ਰਿਤ ਆਲ ਅਰਾਊਂਡ ਪੀਪਲ ਬਟ ਬਾਬਾ ਬਫਰੀਦ ਹੀ ਸਪੋਕ ਪੰਜਾਬੀ which people used to speak ਫਰੀਦ ਜੀ 1268 ਵਿੱਚ 93 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਫਰੀਦ ਜੀ ਨੂੰ ਦੋ ਤਰ੍ਹਾਂ ਦੇ ਲੋਕ ਮੰਨਦੇ ਹਨ ਇਕ ਤਰ੍ਹਾਂ ਦੇ ਲੋਕ ਸਿੱਖ ਹਨ ਸਿੱਖ ਬਾਬਾ ਫਰੀਦ ਦੀ ਬਾਣੀ ਪੜ੍ਹਦੇ ਹਨ ਅਤੇ ਉਹਨਾਂ ਦੀ ਬਾਣੀ ਤੋਂ ਜੀਵਨ ਜਾਚ ਸਿੱਖਦੇ ਹਨ ਦੂਸਰੀ ਤਰ੍ਹਾਂ ਦੇ ਲੋਕ ਮੁਸਲਮਾਨ ਹਨ ਉਹਨਾਂ ਲੋਕਾਂ ਨੂੰ ਫਰੀਦੇ ਜਾਂ ਫਰੀਦੀ ਕਿਹਾ ਜਾਂਦਾ ਹੈ ਉਹ ਬਾਬਾ ਫਰੀਦ ਨੂੰ ਆਪਣਾ ਗੁਰੂ ਮੰਨਦੇ ਹਨ ਮੁਸਲਮਾਨ ਬਾਬਾ ਫਰੀਦ ਦੀ ਮਜ਼ਾਰ ਤੇ ਜਾ ਕੇ ਮੰਨਤਾ ਮੰਗਦੇ ਹਨ ਹਰੀ ਚਾਦਰ ਚੜਾਉਂਦੇ ਹਨ ਜਿਸ ਤਰ੍ਹਾਂ ਸਿੱਖ ਰੁਮਾਲਾ ਸਾਹਿਬ ਚੜਾਉਂਦੇ ਹਨ ਉਸ ਤਰ੍ਹਾਂ ਹੀ ਮੁਸਲਮਾਨ ਚਾਦਰ ਚੜਾਉਂਦੇ ਹਨ ਪੰਜਾਬ ਵਿੱਚ ਇੱਕ ਸ਼ਹਿਰ ਦਾ ਨਾਂ ਹੈ ਨਾ ਫਰੀਦਕੋਟ ਹੈ ਫਰੀਦ ਜੀ ਨੇ ਇੱਥੇ 40 ਦਿਨ ਚਿੱਲਾ ਕੱਟਿਆ ਰਿਮੈਂਬਰ ਚਿੱਲਾ दैट यू हैव टू सिट इन ए ਰੂਮ ਵਿਦ ਯਰ ਹੈਡ ਡਾਊਨ ਐਂਡ ਯੂ हैव टू ਸੇ ਵਾਈ ਗੁਰੂਸ ਨੇਮ ਰਬਸ ਨੇਮ ਅੱਲਾਸ ਨੇਮ ਇਥੋਂ ਦੇ ਨਵਾਬ ਦੇ ਮਨ ਵਿੱਚ ਬਾਬਾ ਫਰੀਦ ਲਈ ਬਹੁਤ ਪਿਆਰ ਅਤੇ ਸ਼ਰਧਾ ਸੀ ਉਸ ਨੇ ਸ਼ਹਿਰ ਦਾ ਨਾਂ ਢਿੱਲਾ ਬਾਬਾ ਫਰੀਦ ਰੱਖ ਦਿੱਤਾ ਫਿਰ ਜਦ ਇਹ ਸ਼ਹਿਰ ਵੱਡਾ ਹੋਇਆ ਤਾਂ ਇਸ ਦਾ ਨਾਂ ਫਰੀਦਕੋਟ ਪੈ ਗਿਆ ਫਰੀਦਕੋਟ ਵਿੱਚ ਹਰ ਸਾਲ ਫਰੀਦ ਜੀ ਦੀ ਯਾਦ ਵਿੱਚ ਵੱਡਾ ਮੇਲਾ ਲੱਗਦਾ ਹੈ ਇੱਥੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਵੀ ਬਣਾਈ ਗਈ ਹੈ ਸੋ ਇਸ ਐਸੇ ਦੇ ਵਿੱਚ 394 ਸ਼ਬਦ ਨੇ অলਟਗੇਦਰ ਐਂਡ ਇਫ ਯੂ ਆਰ ਰੀਡਿੰਗ 60-70 ਵਰਡਸ ਪਰ ਮਿੰਟ ਯੂ ਸ਼ੁੱਡ ਬੀ ਐਬਲ ਟੂ ਰੀਡ ਇਟ ਇਨ 6 اور 7 منٹس ٹھیک ہے سے اے بابا فریدی مزار ہے ٹوم ہز ٹوم سٹون देयर पार्ट सेकंड पार्ट 12.2 بابا فریدی جی دے شلوک تے مطلب ایک پھیکا نا گلائے سب نا میں سچاتنی سپیک افٹر می ایک پھیکا نا گلائے manak sab It is Punjabi, but really not so much Punjabi, right? There's so many words that I don't understand, you don't understand, right? So it's Purani Punjabi, probably. Meaning, do not utter even a single harsh word. Your true master abides in all. Do not break anyone's heart. These are all priceless jewels. Message: Speak sweetly so as not to hurt others' feelings. God lives in every heart. Mat hodi hoye Tan taan hunde hoye nitana, an hunde ap mandai. Meaning, if you are wise, be simple. If you are powerful, be humble. And when there's nothing to share, then share with others. How rare is one who's known as such a devotee? Message Humility and big heart are good virtues to have. Frida. जिन्नी कमी नाहे गुण ते कमड़े विसार मत शर्मिंदा थी वही साईं दा दरबार मीनिंग फ्रीड द डीड्स दैट आर यूज़लेस वर्चुलेस फॉरगेट देम लास्ट यू आर एम्बेरेस्ड इन द कोर्ट ऑफ गॉड मैसेज ऑलवेज डू व्हाट इज राइट So here are some questions that you're going to answer. Um, they should not be hard for you. I think you understand everything we have talked about. And here you have to combine these sentence parts and then copy them here and here you will write a journal. Okay? So um, if you have any question, you can um, ask your teacher or ask me pushpinderpenji at gmail.com. I think my phone number is somewhere here. Um, Penji at gmail.com. P E N J I. Okay. All right. I will see you in the next lesson. Until then, guruji Ka Khalsa. guruji Ki Fateh.